ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਵੀਰ ਭਰਾਵਾਂ ਵੱਲੋਂ ਗੁਰਦੁਆਰਾ ਆਨੰਦਗੜ੍ਹ ਸਾਹਿਬ ਬਾਜਾ ਖਾਨਾ ਗੁਟਕਾ ਸਾਹਿਬ ਦੀ ਸੇਵਾ ਕੀਤੀ ਗਈ ਹੈ, ਪਰ ਜਿਹੜੇ ਆ ਪੈਕਟ ਇਸ ਤਰ੍ਹਾਂ ਆਏ ਹੈ, ਸਾਨੂੰ ਨਹੀਂ ਪਤਾ ਵੀਰਾਂ ਦੀ ਭਾਵਨਾ ਕਿਸ ਤਰ੍ਹਾਂ ਦੀ ਹੈ, ਪਰ ਜਿਹੜੇ ਵੀ ਗੁਟਕਾ ਸਾਹਿਬ ਆਏ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਵਿਚਾਰਧਾਰਾ ਦੇ ਅਨੁਸਾਰ ਨਹੀਂ ਹਨ, ਕਿਉਂਕਿ ਗੁਰੂ ਘਰ ਦੀ ਜਿਹੜੀ ਵਿਚਾਰਧਾਰਾ ਸਭ ਤੋਂ ਵੱਖਰੀ ਹੈ। ਜਿਸ ਤਰ੍ਹਾਂ ਸੁਖਮਣਾ ਸਾਹਿਬ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੁਖਮਣੀ ਸਾਹਿਬ ਹੈ, ਇਹ ਸੁਖਮਣਾ ਸਾਹਿਬ ਅਸੀਂ ਤਾਂ ਅੱਜ ਤੱਕ ਨਹੀਂ ਸੁਣਿਆ। ਇਸੇ ਤਰ੍ਹਾਂ ਜਿਹੜੇ ਹੈ ਇੱਕ ਪੰਕਤੀ ਹੈ, ਦੂਜਾ ਕਾਹੇ ਸਿਮਰੀ ਜੰਮੇ ਤੇ ਮਰਜਾ, ਇੱਕੋ ਸਿਮਰੋ ਨਾਨਕਾ ਜੁਲ ਥਲ ਜਲ ਥਰਿਆ ਸਮਾਈ। ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ, ਇਹ ਵੱਖਰੇ ਤਰੀਕੇ ਦੇ ਨਾਲ ਹੈ। ਇਸੇ ਤਰ੍ਹਾਂ ਹੁਣ ਇੱਕ ਗੁਟਕਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਜਿਹਦੇ ਅੱਗੇ ਲਿਖਿਆ ਸਤਿਗੁਰੂ ਰਾਮ ਸਿੰਘ ਜੀ ਸਹਾਈ। ਰਾਮ ਸਿੰਘ ਜੀ ਕੌਣ ਹਨ ਅਸੀਂ ਤਾਂ ਜਾਣਦੇ ਨਹੀਂ। ਇਸੇ ਤਰ੍ਹਾਂ ਇਹਦੇ ਵਿੱਚ ਹੋਰ ਜਿਹੜਾ ਹੈ ਦੱਸਿਆ ਹੈ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਵੀ ਹਵਨ ਕਿਸ ਤਰ੍ਹਾਂ ਕਰਨਾ, ਹੋਰ ਹਵਨ ਸਮੱਗਰੀ ਬਾਰੇ ਦੱਸਿਆ ਵੀ ਹਵਨ ਦੀ ਮਰਿਆਦਾ, ਇਸ ਦੀਆਂ ਗੱਲਾਂ ਜਿਹੜੀਆਂ ਗੁਰੂ ਘਰ ਨੇ ਸਾਨੂੰ ਸਿਖਾਈਆਂ ਹੀ ਨਹੀਂ ਜਦੋਂ। ਇਸ ਕਰਕੇ ਵੀ ਜਿਸ ਵੀ ਅਸਥਾਨ ਤੇ ਇਸ ਤਰ੍ਹਾਂ ਦਾ ਗੁਟਕਾ ਸਾਹਿਬ ਜਾਂ ਬਾਣੀ ਦੀਆਂ ਪੋਥੀਆਂ ਆਉਂਦੀਆਂ ਭਾਈ, ਉਹ ਜਿਹੜੀਆਂ ਪੋਥੀਆਂ ਭਾਈ ਉਹਦਾ ਖਿਆਲ ਰੱਖੋ, ਉਹਨਾਂ ਨੂੰ ਸੰਗਤ ਵਿੱਚ ਇਹ ਚਤਰ ਸਿੰਘ ਤੇ ਜੀਵਨ ਸਿੰਘ ਵੱਲੋਂ ਛਾਪਿਆ ਤੇ ਉਹਨਾਂ ਨੂੰ ਛਾਪਦਿਆਂ ਨੂੰ ਕਿੰਨਾ ਚਿਰ ਹੋ ਗਿਆ, ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਛਾਪਿਆ ਵੀ ਉਹਨਾਂ ਨੂੰ ਨੀ ਪਤਾ ਵੀ ਗੁਰੂ ਘਰ ਦੀ ਜਿਹੜੀ ਵਿਚਾਰਧਾਰਾ ਕਿਸ ਤਰ੍ਹਾਂ ਦੀ ਹੈ। ਚਲੋ ਖਰੀਦਣ ਵਾਲਿਆਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਜਾਂ ਜੇ ਪਤਾ ਤਾਂ ਫਿਰ ਉਹਨਾਂ ਨੂੰ ਵੀ ਇਸ ਗੱਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਸਿੱਖਿਆ ਲੈਣੀ ਚਾਹੀਦੀ ਹੈ ਵੀ ਗੁਰੂ ਘਰ ਦੀ ਵਿਚਾਰਧਾਰਾ ਨਿਰੋਲ ਹੈ। ਸੋ ਇਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਵੀ ਜਿੱਥੇ ਵੀ ਇਸ ਤਰ੍ਹਾਂ ਪੋਥੀਆਂ ਜਾਂ ਸੈਂਚੀਆਂ ਆਉਂਦੀਆਂ ਸੇਵਾ ਦੇ ਵਿੱਚ, ਉਹਨਾਂ ਨੂੰ ਵੇਖ ਲਿਆ ਜਾਵੇ ਅਤੇ ਜੋ ਵੀ ਵੀਰ ਇਸ ਨੂੰ ਦਾਨ ਕਰਦੇ ਆ ਜਾਂ ਸੇਵਾ ਵਜੋਂ, ਉਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਇਸ ਦੇ ਵਿੱਚ ਆਹ ਖਾਮੀਆਂ ਹਨ, ਇਸ ਕਰਕੇ ਸੰਗਤਾਂ ਵਿੱਚ ਵੰਡਣ ਤੋਂ ਪਹਿਲਾਂ ਇਸ ਗੱਲ ਦੀ ਘੋਖ ਕਰ ਲਈ ਜਾਵੇ। ਅੱਛਾ, ਇੱਕ ਨੋਟ ਪਹਿਲਾਂ ਹੀ ਦਿੱਤਾ ਹੋਇਆ, ਹਾਂ ਕਈ ਗੁਟਕਾ ਸਾਹਿਬ ਦੇ ਉੱਪਰ ਨੋਟ ਪਹਿਲਾਂ ਦਿੱਤਾ ਹੋਇਆ ਵੀ ਪੰਥ ਦੇ ਜੇ ਵੀ ਇਹਦੇ ਵਿੱਚ ਕੁਝ ਖਾਮੀਆਂ ਹਨ, ਹਾਂ ਇਸ ਦੇ ਵਿੱਚ, ਹਾਂ ਜ਼ਰੂਰੀ ਬੇਨਤੀ ਹੈ ਵੀ ਇਹਦੇ ਵਿੱਚ ਜੇ ਕੋਈ ਉਕਾਈ ਹੈ ਤਾਂ ਪਾਠਕ ਧਿਆਨ, ਭਾਈ ਪਾਠਕ ਪਾਠਕ ਦਾ ਕੰਮ ਨੀਗਾ ਇਸ ਗਲਤੀਆਂ ਕੱਢਣਾ, ਤੁਸੀਂ ਪੂਰੀ ਸੋਧ ਕਰਕੇ ਭੇਜੋ। ਹੋਰ ਵੀ ਛਾਪਕਾਂ ਦਾ ਕੰਮ ਹੈ, ਜਿਹੜੇ ਪਬਲਿਸ਼ਰ ਹੈ ਉਹਨਾਂ ਦਾ ਇਹ ਕੰਮ ਹੈ ਵੀ ਇਹਨਾਂ ਨੂੰ ਪੂਰੀ ਸੋਧ ਕੇ ਜਿਹੜਾ ਹੈ ਭੇਜੋ। ਸੋ ਇਸ ਤਰ੍ਹਾਂ ਕਰਕੇ ਇਹ ਬੇਨਤੀ ਪ੍ਰਵਾਨ ਕਰਨੀ, ਭਾਈ ਸੁਚੇਤ ਰਿਹਾ ਕਰੋ, ਗੁਰਬਾਣੀ ਸਾਡੀ ਨਿਰੋਲ ਹੈ, ਜਿਹੜੀ ਗੁਰੂਆਂ ਨੇ ਸਿੰਘਾਂ ਨੇ ਲੱਖਾਂ ਕੁਰਬਾਨੀਆਂ ਕਰਕੇ ਸਾਡੇ ਤੱਕ ਪਹੁੰਚਾਈਆਂ। ਸੋ ਇਸ ਤਰ੍ਹਾਂ ਕਰਕੇ ਭਾਈ ਜਿਹੜਾ ਹੁਣ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਤੇ ਸੁਖਮਣਾ ਸਾਹਿਬ ਫਿਰ ਕਿਉਂ ਦੁਬਧਾ ਚ ਨਹੀਂ ਪਾਉਣ ਵਾਲੀ ਗੱਲ, ਇਸ ਤਰ੍ਹਾਂ ਇਹ ਦੁਬਧਾ ਚ ਪਾਉਣ ਵਾਲੀ ਗੱਲ ਹੈ। ਸੋ ਇਹ ਸਿੱਖ ਜਿਹੜੇ ਵੀਰ ਭਰਾ ਹੈ ਉਹਨਾਂ ਨੇ ਇਹ ਧਿਆਨ ਦੇ ਵਿੱਚ ਗੱਲ ਲੈ ਕੇ ਆਉਂਦੀ ਹੈ। ਸੋ ਆਪ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ। ਗੁਰਦੁਆਰਾ ਆਨੰਦਗੜ੍ਹ ਸਾਹਿਬ ਬਾਜਾ ਖਾਨਾ ਸਮੂਹ ਕਮੇਟੀ ਹਾਜ਼ਰ ਹੈ।